ਸਤਿ ਸ੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਮਾਮਲੇ ਵਿੱਚ ਰਾਮ ਰਹੀਮ ਸਮੇਤ 4 ਨੂੰ ਉਮਰ ਕੈਦ। ਵਿਧਾਇਕੀ ਨੂੰ ਚੁਣੌਤੀ ਦੇ ਸੁਖਪਾਲ ਸਿੰਘ ਖਹਿਰਾ ਦਾ ਬਿਆਨ, ਕਿਹਾ ਹਰ ਚੋਣ ਲੜਨ ਲਈ ਤਿਆਰ। ਸੋਸ਼ਲ ਮੀਡੀਆ ਤੇ ਔਰਤ ਦੀ ਤਸਵੀਰ ਨਸ਼ਰ ਕਰਕੇ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਦੱਸਣ ਤੇ ਬੈਂਸ ਖਿਲਾਫ਼ ਮਾਮਲਾ ਦਰਜ। ਨਾਭਾ ਵਿੱਚ ਪੈਸਿਆਂ ਖਾਤਰ ਮਾਮੀ ਹੀ ਨਾਬਾਲਗ ਭਾਣਜੀ ਨਾਲ ਕਰਾਉਂਦੀ ਰਹੀ ਜਬਰ ਜਨਾਹ, 4 ਗ੍ਰਿਫ਼ਤਾਰ। ਤੇ ਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 2 ਲੜਕੀਆਂ ਸਮੇਤ 3 ਦੀ ਮੌਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੱਤਰਕਾਰ ਰਾਮਚੰਦਰ ਛੱਤਰਪਤੀ ਹੱਤਿਆ ਮਾਮਲੇ ਵਿੱਚ CBI ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਡੇਰਾ ਮੁਖੀ ਨੂੰ 50,000 ਰੁਪਏ ਜੁਰਮਾਨਾ ਲਗਾਇਆ ਗਿਆ ਏ, ਜਦਕਿ ਬਾਕੀ ਦੋਸ਼ੀਆਂ ਕ੍ਰਿਸ਼ਨ ਲਾਲ ਤੇ ਕੁਲਦੀਪ ਸਿੰਘ ਨੂੰ 5,000 ਰੁਪਏ ਜੁਰਮਾਨਾ ਲਗਾਇਆ ਗਿਆ ਏ, ਜਦਕਿ ਆਰਮਸ ਐਕਟ ਤਹਿਤ ਕ੍ਰਿਸ਼ਨ ਲਾਲ ਤੇ ਕੁਲਦੀਪ ਸਿੰਘ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ। CBI ਦੇ ਜੱਜ ਜਗਦੀਪ ਸਿੰਘ ਵੱਲੋਂ ਡੇਰਾ ਮੁਖੀ ਸਮੇਤ 4 ਦੋਸ਼ੀਆਂ ਨੂੰ ਇਹ ਸਜ਼ਾ ਧਾਰਾ 302 ਤੇ 120B ਤਹਿਤ ਸੁਣਾਈ ਗਈ ਹੈ। ਹਾਲਾਂਕਿ CBI ਦੇ ਵਕੀਲਾਂ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ, ਪਰ ਬਚਾਅ ਪੱਖ ਦੇ ਵਕੀਲਾਂ ਨੇ ਸਜ਼ਾ ਘੱਟ ਕਰਨ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੇ 24 ਅਕਤੂਬਰ 2002 ਨੂੰ ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਬੀਤੀ 11 ਜਨਵਰੀ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ, ਡੇਰੇ ਦੇ ਸਾਬਕਾ ਮੈਨੇਜਰ ਕ੍ਰਿਸ਼ਨ ਲਾਲ ਤੇ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੂੰ ਪੱਤਰਕਾਰ ਦਾ ਕਤਲ ਕਰਨ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ। कि ये सच्चाई की जीत है, जिस तरीके से हमारे पिता ने एक सच की आवाज़ उठाई थी, मीडिया जिसे देश का चौथा स्तंभ कहा जाता है लोकतंत्र का, उस लोकतंत्र के चौथे स्तंभ की हत्या की कोशिश की गई, तो हमारे पिता ने कहीं ना कहीं जो सच की आवाज़ उठाई थी उस पर, जब उन पर अटैक हुआ, तो आज हमें कहीं ना कहीं राहत महसूस हुई है कि न्यायपालिका ने हमें। आपकी तरफ से क्या डिमांड की गई थी कोर्ट से? प्रोसिक्यूशन ने कैपिटल पनिशमेंट की डिमांड की थी, लेकिन न्यायपालिका ने आज आजीवन कारावास 4 अभियुक्तों को गुरमीत राम रहीम सहित सुनाया, और मेरा ये मानना है कि सजा जो है वो सेटिस्फैक्टरी है। मानयोग अदालत ने रामचंद्र छत्रपति जर्नलिस्ट दे केस का फाइनल फैसला सुनाते हुए ਗੁਰਮੀਤ ਸਿੰਘ ਨੂੰ, ਨਿਰਮਲ ਸਿੰਘ ਨੂੰ, ਕ੍ਰਿਸ਼ਨ ਲਾਲ ਨੂੰ ਔਰ ਕੁਲਦੀਪ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਉਹਨਾਂ ਨੂੰ 50,000 ਰੁਪਏ ਜੁਰਮਾਨਾ ਵੀ ਕੀਤਾ ਹੈ। ਨਿਰਮਲ ਸਿੰਘ ਨੂੰ ਔਰ ਕ੍ਰਿਸ਼ਨ ਲਾਲ ਨੂੰ ਆਰਮਸ ਐਕਟ ਦੇ ਵਿੱਚ 3-3 ਸਾਲ ਦੀ ਕੈਦ ਔਰ 5,000 ਰੁਪਏ ਜੁਰਮਾਨਾ ਕੀਤਾ ਹੈ। ਇਹ ਸਜ਼ਾ ਪਹਿਲੀ ਸਜ਼ਾ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਏਗੀ, ਜੋ ਤਾਂ ਉਮਰ ਚਲੇਗੀ। ਇਹ ਸਜ਼ਾ ਜਿਹੜੀ ਲਾਈਫ ਦੀ ਹੈ, ਲਾਈਫ ਮੀਨਸ ਲਾਈਫ। ਆਪ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਤੋਂ ਖਹਿਰਾ ਦੀ ਮੈਂਬਰਸ਼ਿਪ ਖਾਰਜ ਕਰਨ ਲਈ ਸਪੀਕਰ ਨੂੰ ਅਪੀਲ ਕੀਤੀ ਹੈ। ਜਲੰਧਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸੁਖਪਾਲ ਖਹਿਰਾ ਨੇ ਮਾਮਲੇ ਤੇ ਬੋਲਦਿਆਂ ਕਿਹਾ ਕਿ ਉਹ ਜ਼ਿਮਨੀ ਚੋਣ ਲਈ ਤਿਆਰ ਨੇ ਤੇ ਹਰ ਚੋਣ ਲੜਨਗੇ। ਉਹਨਾਂ ਦੋਸ਼ ਲਗਾਇਆ ਕਿ ਆਪ ਨਫ਼ਰਤ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ। ਖਹਿਰਾ ਨੇ ਦੱਸਿਆ ਕਿ ਉਹ 1-2 ਦਿਨਾਂ ਵਿੱਚ ਸੁੱਚਾ ਸਿੰਘ ਛੋਟੇਪੁਰ ਨਾਲ ਬੈਠਕ ਕਰਨਗੇ ਤੇ ਅਗਲੀ ਰਣਨੀਤੀ ਉਲੀਕਣਗੇ। ਇਸ ਦੇ ਨਾਲ ਹੀ ਉਹਨਾਂ DGP ਪੰਜਾਬ ਸੁਰੇਸ਼ ਅਰੋੜਾ ਦੇ ਸੇਵਾ ਕਾਲ ਵਿੱਚ ਵਾਧੇ ਤੇ ਬੋਲਦਿਆਂ ਕਿਹਾ ਕਿ ਸੁਰੇਸ਼ ਅਰੋੜਾ ਅਜੀਤ ਡੋਵਾਲ ਤੇ ਭਾਜਪਾ ਦੇ ਚਹੇਤੇ ਨੇ, ਜਿਸ ਕਰਕੇ ਉਹਨਾਂ ਨੂੰ ਇਸ ਅਹੁਦੇ ਤੇ ਕਾਬਜ਼ ਰੱਖਿਆ ਹੋਇਆ ਏ। 20 ਤਰੀਕ ਨੂੰ ਬਰਨਾਲੇ ਜਿਹੜਾ ਇਕੱਠ ਹੈ, ਮੈਂ ਤਾਂ ਭਗਵੰਤ ਨੂੰ ਕਿਹਾ ਕਿ ਉਦੋਂ ਉੱਥੇ ਦੱਸ ਤਾਂ ਦਿਓ ਸਾਨੂੰ ਕਿ ਬਿਕਰਮ ਮਜੀਠੀਆ ਦੀ ਮਾਫੀ ਦੇ ਉੱਤੇ ਭਗਵੰਤ ਮਾਨ ਪੁੱਛਣਾ ਚਾਹੀਦਾ, ਸਟੇਜ ਦੇ ਉੱਤੇ ਪੁੱਛਣਾ ਚਾਹੀਦਾ ਕੇਜਰੀਵਾਲ ਸਾਹਿਬ ਨੂੰ, ਅਤੇ ਫਿਰ ਉੱਥੇ ਲੋਕਾਂ ਨੂੰ ਦੱਸੇ ਜੇ ਸਹਿਮਤ ਹੈ ਤਾਂ ਇਹਨਾਂ ਨੂੰ ਉੱਥੇ ਬਿਕਰਮ ਮਜੀਠੀਆ ਨੂੰ ਵੀ ਰੈਲੀ 'ਚ ਸੱਦ ਲੈਣ ਅਤੇ ਸਰੂਪਾ ਪਾ ਕੇ ਆਪਣਾ ਆਗੂ ਮੰਨ ਲੈਣ, ਅਤੇ ਜੇ ਨਹੀਂ ਸਹਿਮਤ ਬਿਕਰਮ ਮਜੀਠੀਆ ਦੀ ਮਾਫੀ ਦੇ ਨਾਲ, ਤਾਂ ਫਿਰ ਭਗਵੰਤ ਮਾਨ ਨੂੰ ਆਪਣੇ ਅਸਤੀਫਾ ਦੇ ਕੇ ਸਟੇਜ ਤੋਂ ਉੱਥੋਂ ਵਾਕਆਊਟ ਕਰਨਾ ਚਾਹੀਦਾ ਥੱਲੇ, ਜੇ ਪੰਜਾਬ ਦੇ ਵਿੱਚ, ਜੇ ਪੰਜਾਬ ਦੇ ਲਈ ਲੋਕਾਂ ਦੀ ਵਾਕਈ ਹੀ ਸੰਜੀਦਾ ਨੇ। ਇੱਕ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਨਕੋਨਸਟੀਟਿਊਸ਼ਨਲ ਮੈਜਰਸ ਅਡੋਪਟ ਕਰ ਰਹੇ ਨੇ। DGP ਸੁਰੇਸ਼ ਅਰੋੜੇ ਦੀ ਤੀਸਰੀ ਐਕਸਟੈਂਸ਼ਨ, ਇਹ ਤੀਸਰੀ ਐਕਸਟੈਂਸ਼ਨ ਦੇ 4-5 ਪਹਿਲੂ ਨੇ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਡਿਜ਼ਰਵਿੰਗ ਪੁਲਿਸ ਆਫਿਸਰਸ ਨੇ ਇਸ ਵਕਤ ਪੰਜਾਬ ਦੇ ਵਿੱਚ, ਉਹਨਾਂ ਦੇ ਭਵਿੱਖ ਦਾ ਘਾਣ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ, ਸਿਰਫ ਫੋਰ ਹਿਸ ਪਰਸਨਲ ਵਿਮਸ ਐਂਡ ਫੈਂਸੀਸ, ਆਪਣੀ ਹੋਮੇ ਨੂੰ ਪੱਠੇ ਪਾਉਣ ਵਾਸਤੇ ਇਹਨਾਂ ਨੇ ਕਈ ਲੋਕਾਂ ਦੇ ਬ੍ਰਾਈਟ ਕਰੀਅਰਸ ਨੂੰ ਤਬਾਹ ਕੀਤਾ ਵਾ। ਅੱਜ ਪੰਜਾਬ ਦੇ ਵਿੱਚ, ਮੈਂ ਗਲਤ ਨਾ ਹੋਵਾਂ, ਮੇਰੇ ਖਿਆਲ ਸ਼ਾਇਦ 8 DGP ਸਕੇਲ ਦੇ ਆਫਿਸਰਸ ਨੇ, ਇਹਨਾਂ ਨੂੰ ਕੋਈ ਹੋਰ ਕੰਪੀਟੈਂਟ ਬੰਦਾ ਨਹੀਂ ਲੱਭਦਾ। ਕਿਸੇ ਨੇ ਰਿਟਾਇਰਮੈਂਟ ਏਜ ਅਗਰ ਰੱਖੀ ਗਈ ਸੀਗੀ, ਲੈਟਸ ਫਰੋਮ ਅ ਲੌਂਗ ਟਾਈਮ ਕੁਛ ਸੋਚ ਕੇ ਰੱਖੀ ਸੀਗੀ ਕਿ 58 ਸਾਲ ਤੋਂ ਬਾਅਦ ਫਰੈਸ਼ ਬਲੱਡ ਨੀਡਸ ਟੂ ਬੀ ਇਨਫਿਊਜ਼ਡ ਇਨ ਦ ਫੋਰਸ ਔਰ ਇਨ ਦੀ ਵਰਕਿੰਗ ਆਫ ਦ ਸਟੇਟ।
ਤੁਸੀਂ ਉਹਨਾਂ ਆਦਮੀਆਂ ਨੂੰ ਦੁਬਾਰਾ ਦੁਬਾਰਾ ਐਕਸਟੈਂਸ਼ਨ ਕਰ ਦੇ ਕੇ ਤੁਸੀਂ ਸਭ ਕੁਛ ਛਿੱਕੇ 'ਤੇ ਟੰਗ ਰਹੇ ਹੋ ਕੈਪਟਨ ਸਾਹਿਬ। ਐਬਸੋਲਿਊਟਲੀ ਆਈ ਸੇਡ ਦੈਟ ਇਟ ਇਜ਼ ਓਨਲੀ ਸ਼ੋਕੇਸਿੰਗ ਦੈਟ ਦ ਪੁਲਿਸ ਫੋਰਸ ਹੈਜ਼ ਬਿਕਮ ਸੋ ਬੈਡਲੀ ਬੈਂਕਰਪਟ, ਦੇ ਡੋਂਟ ਹੈਵ ਕੰਪੀਟੈਂਟ ਆਫੀਸਰਸ ਅਦਰ ਦੈਨ ਸੁਰੇਸ਼ ਅਰੋੜਾ। ਸੋਸ਼ਲ ਮੀਡੀਆ 'ਤੇ ਇੱਕ ਔਰਤ ਦੀ ਪੈਸਿਆਂ ਅਤੇ ਹਥਿਆਰਾਂ ਨਾਲ ਤਸਵੀਰ ਨਸ਼ਰ ਕਰਕੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਦੱਸੇ ਜਾਣ ਦੇ ਵਿਰੋਧ ਵਿੱਚ ਰਣੀਕੇ ਦੇ ਬੇਟੇ ਗੁਰਿੰਦਰਪਾਲ ਸਿੰਘ ਰਣੀਕੇ ਨੇ ਸਿਮਰਜੀਤ ਸਿੰਘ ਬੈਂਸ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਪੁਲਿਸ ਨੇ ਮਾਮਲਾ ਸਾਈਬਰ ਬ੍ਰਾਂਚ ਨੂੰ ਭੇਜ ਦਿੱਤਾ ਏ। ਗੁਰਿੰਦਰਪਾਲ ਸਿੰਘ ਰਣੀਕੇ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਔਰਤ ਦੀ ਹਥਿਆਰ, ਪੈਸਿਆਂ ਅਤੇ ਗਹਿਣਿਆਂ ਨਾਲ ਤਸਵੀਰ ਨਸ਼ਰ ਹੋ ਰਹੀ ਹੈ। ਇਸ ਤਸਵੀਰ ਨੂੰ ਸਿਮਰਜੀਤ ਸਿੰਘ ਬੈਂਸ ਦੇ ਫੇਸਬੁੱਕ ਅਕਾਊਂਟ ਤੋਂ ਪੋਸਟ ਕਰਕੇ ਉਕਤ ਔਰਤ ਨੂੰ ਗੁਲਜ਼ਾਰ ਸਿੰਘ ਰਣੀਕੇ ਦੀ ਪਤਨੀ ਦੱਸਿਆ ਗਿਆ ਏ। ਗੁਰਿੰਦਰਪਾਲ ਸਿੰਘ ਰਣੀਕੇ ਦਾ ਕਹਿਣਾ ਹੈ ਕਿ ਉਹਨਾਂ ਦਾ ਔਰਤ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 14 ਤਰੀਕ ਨੂੰ ਮੈਂ ਸ਼ਾਮ ਨੂੰ ਇੱਕ ਸੋਸ਼ਲ ਮੀਡੀਆ 'ਤੇ ਮੈਂ ਵੀਡੀਓ ਦੇਖਦਾ, ਕਿਸੇ ਨੇ ਵੀਡੀਓ ਵਾਇਰਲ ਕੀਤੀ ਹੋਈ ਹੈ ਅਤੇ ਉਹਦੇ 'ਤੇ ਮੇਰੇ ਫਾਦਰ ਸਾਹਿਬ ਵੱਲੋਂ ਨਾਮ ਲਿਖ ਕੇ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਅੱਗੋਂ ਉਹਨਾਂ ਦੀ ਘਰਵਾਲੀ ਕਰਕੇ ਸਾਨੂੰ ਲਿਖਿਆ। ਮੈਂ ਦੇਖਿਆ, ਚਲੋ ਮੈਨੂੰ ਸ਼ੌਕ ਲੱਗਾ ਵੀ ਇਹ ਵੀਡੀਓ ਕਿਸੇ ਵਿਰੋਧੀ ਨੇ ਕਰ ਦਿੱਤੀ ਹੋਊ ਜਾਂ ਕਿਸੇ, ਅੱਜ ਕੱਲ੍ਹ ਚਲੋ ਮੁੰਡੇ ਸ਼ਰਾਰਤ ਕਰਦੇ ਆ। ਫਿਰ ਮੈਂ 15 ਤਰੀਕ ਨੂੰ ਸਵੇਰੇ ਉੱਠ ਕੇ ਮੈਂ ਆਪਣਾ ਸੋਸ਼ਲ ਮੀਡੀਆ ਚੈੱਕ ਕੀਤਾ, ਫੇਸਬੁੱਕ ਚੈੱਕ ਕੀਤੀ, ਤਾਂ ਮੈਨੂੰ ਬੜਾ ਦੁੱਖ ਲੱਗਾ, ਬੜਾ ਸ਼ੌਕ ਲੱਗਾ ਵੀ ਇੱਕ ਸਾਡੇ ਪੰਜਾਬ ਦੀ ਨਾਮਵਰ ਹਸਤੀ, ਮੌਜੂਦਾ MLA, ਉਹ ਤਾਂ ਚਲੋ ਬਹੁਤ ਸਤਿਕਾਰਯੋਗ ਆ, ਮੇਰਾ ਵੱਡਾ ਵੀਰ ਆ, ਉਹਨੇ ਆਪਣੇ ਫੇਸਬੁੱਕ ਪੇਜ ਤੋਂ ਉਸ ਵੀਡੀਓ ਨੂੰ ਵਾਇਰਲ ਕੀਤਾ ਹੋਇਆ ਬੜੀ ਜ਼ਿੰਮੇਵਾਰੀ ਦੇ ਨਾਲ, ਅਤੇ ਉਹਦੇ ਨਾਲ ਉੱਤੇ ਲਿਖਿਆ ਹੋਇਆ ਵੀ ਪਤਾ ਨਹੀਂ ਕੀ ਕੱਚੇ ਮਕਾਨਾਂ ਤੋਂ ਇੱਦਾਂ ਦਾ ਕੋਈ ਹੈਗਾ ਸੀ ਕੁਛ ਲਿਖਿਆ ਇੱਦਾਂ ਦਾ। ਅਤੇ ਮੈਨੂੰ ਸਮਝ ਨਾ ਆਈ ਵੀ ਇਹ ਇੱਕ ਜ਼ਿੰਮੇਵਾਰ ਬੰਦਾ, ਸਿਆਣਾ ਬਣਾ ਬੰਦਾ, ਚਲੋ ਮੈਂ ਬੜੀ ਰਿਸਪੈਕਟ ਕਰਦਾ ਉਹਦੀ, ਉਹਨੇ ਕਿਸ ਤਰ੍ਹਾਂ ਪਾ ਦਿੱਤੀ ਜਾਂ ਉਹ ਮੇ ਬੀ ਜਾਣਦਾ ਹੋਊਗਾ ਜਾਂ ਕਿਸ ਤਰ੍ਹਾਂ। ਮੈਂ ਉਹਨਾਂ ਨੂੰ ਫੋਨ ਕੀਤਾ ਬੈਂਸ ਸਾਹਿਬ ਨੂੰ, ਬੈਂਸ ਸਾਹਿਬ ਚਲੋ ਸਾਡੀ ਸਤਿ ਸ਼੍ਰੀ ਅਕਾਲ ਹੋਈ, ਹਾਲ ਚਾਲ ਪੁੱਛਿਆ, ਚਲੋ ਜੋ ਦਸਤੂਰ ਹੁੰਦਾ। ਅਤੇ ਮੈਂ ਪੁੱਛਿਆ, ਬੈਂਸ ਸਾਹਿਬ ਤੁਸੀਂ ਮੇਰੇ ਮਦਰ ਨੂੰ ਜਾਣਦੇ ਹੋ, ਤੁਸੀਂ ਦੇਖਿਆ ਕਦੇ ਉਹਨਾਂ ਨੂੰ? ਉਹ ਕਹਿੰਦੇ, ਨਹੀਂ ਬ੍ਰਦਰ, ਮੈਂ ਮਤਲਬ ਤੁਹਾਡੇ ਮਦਰ ਨੂੰ ਕਦੇ ਦੇਖਿਆ ਨਹੀਂ, ਨਾ ਮੈਂ ਕਦੀ ਮਿਲਿਆ। ਮੈਂ ਕਿਹਾ, ਫਿਰ ਤੁਸੀਂ ਕਿਸ ਜ਼ਿੰਮੇਵਾਰੀ ਦੇ ਨਾਲ ਆਪਣੇ ਫੇਸਬੁੱਕ ਪੇਜ 'ਤੇ ਤੁਸੀਂ ਮੇਰੇ ਮਦਰ ਦਾ ਕੋ ਪਤਾ ਨਹੀਂ ਕੋਈ ਲੇਡੀ ਆ ਅਤੇ ਉਹਨੂੰ ਮੇਰੇ ਮਦਰ ਦੇ ਨਾਲ ਤੁਸੀਂ ਜੋੜ ਕੇ ਤੁਸੀਂ ਵਾਇਰਲ ਕੀਤੀ ਆ? ਅਤੇ ਉਹ ਕਹਿੰਦੇ, ਜੀ ਮੈਨੂੰ ਤਾਂ ਪਤਾ ਨਹੀਂ, ਮੈਂ ਚੈੱਕ ਕਰਦਾ ਜੀ, ਮੈਂ ਚੈੱਕ ਕਰਦਾ। ਮੈਂ ਕਿਹਾ, ਇਹਦੇ 'ਤੇ ਕੋਈ ਗੱਲ ਨਹੀਂ, ਚੈੱਕ ਕਰਨ ਵਾਲਾ ਕੰਮ ਕੀ ਇਹਦੇ ਵਿੱਚ? ਜੇ ਤਾਂ ਤੁਸੀਂ ਜਾਣਦੇ ਹੋ ਫਿਰ ਤਾਂ ਤੁਸੀਂ ਮੰਨੋ ਵੀ ਹਾਂ ਵੀ ਮੈਂ ਜਾਣਦਾ। ਅਤੇ ਕਹਿੰਦੇ, ਤੁਹਾਡੇ ਕੋਲ ਕੀ ਆ? ਮੈਂ ਕਿਹਾ, ਜੀ ਮੈਂ ਤੁਹਾਨੂੰ ਮੇਰੇ ਕੋਲ ਜੋ ਹੈਗਾ ਮੈਂ ਤੁਹਾਨੂੰ ਸਨੈਪਸ਼ੋਟ ਭੇਜ ਦੇਣਾ, ਅਤੇ ਮੈਂ ਪੁੱਛਿਆ ਤੁਹਾਡਾ ਵਟਸਐਪ ਜਿਹੜੇ ਜਿਸ ਨੰਬਰ 'ਤੇ ਮੈਂ ਕਾਲ ਕੀਤੀ ਸੀ, ਅਤੇ ਉਸੇ ਚੱਲਦਾ? ਕਹਿੰਦੇ, ਹਾਂਜੀ ਚੱਲਦਾ। ਮੈਂ ਭੇਜ ਦਿੱਤਾ, ਅਤੇ ਵਟਸਐਪ 'ਤੇ ਜਦੋਂ ਮੈਂ ਭੇਜਿਆ ਅਤੇ ਮੈਨੂੰ ਉਹਨਾਂ ਦਾ ਮੈਸੇਜ ਆਉਂਦਾ ਵੀ ਪਲੀਜ਼ ਬ੍ਰਦਰ ਵੇਟ, ਵੀ ਵੇਟ ਕਰ, ਮੈਂ ਚੈੱਕ ਕਰਦਾ। ਮੈਂ ਚਲੋ ਠੀਕ ਆ, ਬੰਦਾ ਚੈੱਕ ਕਰਦਾ। ਉਸ ਤੋਂ ਬਾਅਦ ਨਾ ਉਹਨਾਂ ਦਾ ਕੋਈ ਰਿਪਲਾਈ ਆਇਆ, ਨਾ ਮੈਨੂੰ ਕੋਈ ਫੋਨ ਆਇਆ, ਨਾ ਕੋਈ ਗੱਲ ਬਾਤ। ਅਤੇ ਮੈਂ ਆਹ 2 ਦਿਨ ਤਾਂ ਮੈਂ ਵੇਟ ਹੀ ਕਰਦਾ ਸੀ। ਮੈਂ ਚਲੋ ਮੈਂ ਕੱਲ੍ਹ ਵੀ ਸ਼ਾਇਦ ਕੋਈ ਦੇਖ ਰਿਹਾ ਸੀ ਸੋਸ਼ਲ ਮੀਡੀਆ 'ਤੇ, ਕੁਛ ਨਾ ਕੁਛ ਚੱਲ ਰਿਹਾ, ਚਲੋ ਥੋੜ੍ਹਾ ਟਾਈਮ ਲੰਘਿਆ। ਤਾਂ ਉਸ ਤੋਂ ਬਾਅਦ ਉਹਨਾਂ ਨੇ ਉਹ ਫੇਸਬੁੱਕ ਪੇਜ ਹੀ ਮੇਰੇ ਖਿਆਲ ਡਿਲੀਟ ਕਰ ਦਿੱਤਾ, ਜਾਂ ਪਤਾ ਨਹੀਂ ਹੁਣ ਉਹ ਪੇਜ ਨਹੀਂ ਸ਼ੋ ਹੁੰਦਾ। ਅਤੇ ਕੁਛ ਸਮਾਂ ਹੋਰ ਲੰਘਿਆ ਅਤੇ ਫਿਰ ਉਹੀ ਵੀਡੀਓ ਦਾ ਕੰਟੈਂਟ ਜਿਹੜਾ ਉਹ ਚੇਂਜ ਕਰਕੇ ਉਹ ਕੋਈ 15 ਲੱਖ ਮੋਦੀ ਦੇ ਲੱਗਦੇ ਬੀਬੀ ਨੂੰ ਮਿਲ ਗਏ, ਕੋਈ ਇੱਦਾਂ ਦਾ ਲਿਖ ਕੇ ਪਾ ਦਿੱਤਾ। ਚਲੋ ਮੇਰੇ ਕੋਲ ਉਹਦਾ ਵੀ ਹੈਗਾ ਸਾਰਾ ਰਿਕਾਰਡ, ਉਸ ਤਰੀਕੇ ਦੀ ਉਹ ਵੀਡੀਓ ਪਾਤੀ। ਮੈਂ ਸਮਝਦਾ ਵੀ ਚਲੋ ਇੱਕ ਸਿਆਸੀ ਬੰਦਿਆਂ ਦਾ ਹੁੰਦਾ ਇਹ ਸਿਆਸੀ ਲਾਹਾ ਲੈਣਾ, ਪਰ ਚਲੋ ਉਹ ਲੇਡੀ ਮੇਰੀ ਮਦਰ ਤਾਂ ਨਹੀਂ ਹੈ, ਪਰ ਮੈਂ ਕਹਿੰਦਾ ਵੀ ਇੱਕ ਚੰਗਾ ਇਨਸਾਨ, ਇੱਕ ਚੰਗਾ ਰਾਜਨੀਤਿਕ, ਇੱਕ ਚੰਗਾ ਜੇ ਸਿੱਖ ਕਹਿ ਲਈਏ, ਪਹਿਲੀ ਗੱਲ ਸਿੱਖ ਦੀ ਤਾਂ ਇਹ ਪਰਿਭਾਸ਼ਾ ਜਾਂ ਮਰਿਆਦਾ ਨਹੀਂ ਹੁੰਦੀ, ਪਰਾਏ ਦੇ ਕੀ, ਮੈਂ ਸਮਝਦਾ ਵੀ ਦੁਸ਼ਮਣ ਦੀ ਵੀ ਧੀ ਭੈਣ ਜਿਹੜੀ ਹੁੰਦੀ ਉਹਦੇ ਵੀ ਆਪਾਂ ਨੂੰ ਪਰਦੇ ਜਿਹੜੇ ਆ ਉਹ ਰੱਖਣੇ ਚਾਹੀਦੇ। ਸਰ, ਗੁਲਜ਼ਾਰ ਸਿੰਘ ਰਣੀਕੇ ਸਾਹਿਬ ਦੇ ਬੇਟੇ ਗੁਰਿੰਦਰ ਲਾਲੀ ਰਣੀਕੇ ਕੰਪਲੇਂਟ ਦੇ ਕੇ ਗਏ ਸੀ, ਕੋਈ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀਡੀਓ ਵਾਇਰਲ ਹੋਈ ਆ ਜਿਹਦੇ ਸੰਬੰਧ ਵਿੱਚ ਕੋਈ ਉਹਨਾਂ ਦੇ ਬੈਂਸ, ਸਿਮਰਜੀਤ ਸਿੰਘ ਬੈਂਸ ਜਿਹੜੇ ਆ ਉਹਨਾਂ ਨੇ ਕੋਈ ਉਸ ਅਕਾਊਂਟ, ਉਹਨਾਂ ਦੇ ਅਕਾਊਂਟ ਦੇ ਉੱਤੋਂ ਉਹਨਾਂ ਨੇ ਮੈਸੇਜ ਕੀਤਾ ਉਹਨਾਂ ਦੀ, ਇਹ ਉਹਨਾਂ ਦੀ ਮਿਸਿਜ ਦੀ, ਗੁਲਜ਼ਾਰ ਸਿੰਘ ਰਣੀਕੇ ਉਹਨਾਂ ਦੀ ਮਿਸਿਜ ਦੀ ਇਹ ਫੋਟੋ ਆ, ਜਿਸ ਸੰਬੰਧ ਵਿੱਚ ਉਹਨਾਂ ਨੇ ਆਪਣੀ ਕੰਪਲੇਂਟ 'ਤੇ ਦੱਸਿਆ ਕਿ ਮੈਂ ਉਹਨਾਂ ਨੂੰ ਫੋਨ ਦੇ ਉੱਤੇ ਵੀ ਪੁੱਛਿਆ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਜੇ। ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਮੈਸੇਜ ਕੀਤਾ ਤਾਂ ਉਹਨਾਂ ਨੇ ਕੋਈ ਮੈਨੂੰ ਮੈਸੇਜ ਨਹੀਂ ਦਿੱਤਾ। ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕੰਪਲੇਂਟ ਫਾਈਲ ਕੀਤੀ ਹੈ, ਜਿਹਦੇ ਸੰਬੰਧ ਦੇ ਵਿੱਚ ਅਸੀਂ ਆਪਣਾ ਸਾਈਬਰ ਸੈੱਲ ਨੂੰ ਜਿਹੜੀ ਕੰਪਲੇਂਟ ਜਿਹੜੀ ਮਾਰਕ ਕੀਤੀ ਹੈ, ਕਿਉਂਕਿ ਇਹ ਹੈ ਸੋਸ਼ਲ ਮੀਡੀਆ ਦੇ ਰਿਕਾਰਡਿੰਗ ਆ, ਠੀਕ ਹੈ, ਇਹਦੇ ਪ੍ਰਤੀ
पड़ताल करके जो भी लीगली कार्रवाई बनती है की जाएगी। नाभा की अजैब कलोनी विच एक औरत वालों अपनी 14 साल की नाबालग भांजी नाल पैसों खातर जबर जना कराने का मामला सामने आया है। इस बारे किसी नूं दसन ते पीड़ित लड़की नूं जानों मारन दीआं धमकियां दित्तियां जांदियां सन। मामले का खुलासा उदों होया जदों पीड़ित लड़की ने सारी घटना अपने मामे ते मासी नूं दसी। इस तों बाद शिकायत के आधार से पुलिस ने मुलजम मामी समेत तीन होरना खिलाफ़ धारा 376 506 पासको एक्ट के तहत मामला दर्ज करके तफ्तीश शुरू कर दिती है। कुलविंदर कौर वाइफ ऑफ कुलवंत सिंह वासी पराज जिला संगरूर ने अपने भाई लाल सिंह दे नाल ते अपनी भाण जी हरप्रीत दे नाल मिलके सानू अपना बयान लिखाया सीगा कि जिहड़ी मेरे इत्थे नानके ने हरप्रीत कौर दे अजैब कलोनी दे विच उहनूं उहदी मामी जिहड़ी आ इत्थे लै के आई सी 1.5-2 महीने तो मिलण वास्ते। इत्थे लिया के उन्हें पहला तो एक पिंड दवानगढ़ का मुंडा बलजिंदर सिंह काला उहदे नाल जिहड़ा उहदा गलत काम कराता पैसे लिते 800-800 रुपया। फिर दो बंदे होर सीगे जी, एक तो गफूर खां उहदा बेटा आसमान खां, यह हैगा जी इत्थे पड़ोह दा, ते इक इहदे दवानगढ़ दा एक बंदा जी जिहड़ा पंजवां बंदा उहदा पूरा एड्रैस सानूं क्लीयर नहीं होया, इंटरोगेशन कर रहे हैं। ये चारे जने असीं जिहड़ियां अरैसट कर लईआं, दो लेडीज़ ने जिन्हां विच गगनदीप कौर जिहड़ी इहदी कुड़ी दी हरप्रीत कौर दी मामी है, ते इक उहदे नाल पूजा वाइफ ऑफ गुरमेल खां है, वह जिहदे घर दे रूम दे विच इह मिलाउंदी सीगी। ते इक बंदा हैगा जी जिहड़ा बलजिंदर सिंह काला दवानगढ़ दा, एक जिहड़ा हैगा जी असगर खां है, यह पिंड शाहपुर दा धारों की जिहड़ी है डेंडे पेंडे की दुकान करदा। लड़की 15 साल की है जी, अजे 14.5 साल की है, 30-10-2003 का उहदा जन्म है। लड़की ने अपने जिहड़ा है मामे नूं ते अपनी मासी नूं सारी गल दसी है। पहले उन्होंने जिहड़ी मामी सी उह डराउंदी सी, मेरे को असल है मैं तैनूं मरवा दूंगी, तेरे मामे नूं मरवा दूंगी, इसलिए वह नहीं बोली। कल उन्होंने जिहड़ी मामी नहीं सी तो कुड़ी ने रो के अपनी मासी नूं और अपने मामे नूं दसी है सारी गल। इन्हां दे 376-506 IPC 3-4 पोस्को एक्ट के तहत परचा दर्ज किया गया, तो तफ्तीश जारी है। इन्हां 4 बंदे की अरैसट हो गई, पुलिस रिमांड लैके अगली जिहड़ी कार्रवाई है असीं अमल च लियांगे। मोगा नेड़े मोगा कोटकपूरा बाईपास से संघनी धुंद कारण वापरे भयानक सड़क हादसे विच 2 लड़कियां समेत 3 की मौत हो गई। जानकारी मुताबक सिंगावाला निवासी अभिषेक शर्मा अपनी भैन पूजा शर्मा ते सिमरनजीत कौर नूं अपने मोटरसाइकिल ते मोगा लैके जा रहा सी। जदों कोटकपूरा बाईपास से भरावां दे ढाबे कोल पहुंचा तो संघनी धुंद कारण उन्हां दा मोटरसाइकिल खड़े कैंटर नाल टकरा गया, जिस कारण वह तीनों सड़क ते आ डिगे। इस दौरान हरप्रीत सिंह ते राम कुमार जदों उन्हां नूं संभालण लगे तां फरीदकोट वल्लों आ रही तेज़ रफ्तार कार ने उन्हां नूं अपनी लपेट विच लै लिया। इस दौरान हरप्रीत सिंह दी मौके ते मौत हो गई, जदके पूजा शर्मा ने सिविल हस्पताल मोगा विच दम तोड़ दिता। इस दौरान गंभीर हालत विच सिमरनजीत कौर नूं फरीदकोट रैफर किया गया सी, उस दी वी रस्ते विच मौत हो गई। इस हादसे विच जख्मी अभिषेक शर्मा ते राम कुमार जेरे इलाज ने, लपेट विच लैण वाले कार चालक नवव्याही जोड़ी दसी जा रही है। पुलिस ने कार कब्जे विच लैके अगली कार्रवाई आरंभ दी है। गुरदासपुर के पिंड लखोवाल विच देर रात ज्यादा शराब पीण नाल 2 लोगों की मौत हो गई। दसा जा रहा है कि सरपंची बनने की खुशी विच पिंड के सरपंच महेंद्र पाल वालों पिंड विच पार्टी दी गई सी। इस दौरान तेजा मसीह ते सुलखण सिंह ने ज्यादा शराब पी ली ते घर पहुंचण ते दोवां दी देर रात मौत हो गई। पुलिस ने पीड़ित परिवारों के बयान के आधार से मामला दर्ज करके जांच शुरू कर दी है। मैं जो सवेरे उठा मैं पता लगा कि 2 बंदों की डैथ हो गई है, तो जाके वेख्या तो उन्होंने अटैक होया, तो कोई कार्रवाई नहीं, यहोजी कार्रवाई घर वाले बिल्कुल कोई गल नहीं करवा चाहते, कोई यहोजी गलबात नहीं। सुलखण सिंह की उम्र जी 50 साल जी, तो तेजा मसीह की जी 40 साल चलो ही चाह पानी चाह पकौड़ा चलाया कर, चा 3 बजे तक चलिया साढ़े घर मुके खत्म हो गया। हाँ बाड़ा साहब आए गए, नहीं शराब पीने का कोई नहीं, साढ़े तो इतने किसी ने नहीं पीती, बाहरों पीती हो तो आप कह नहीं सकते। सवेरे सवेरे किसी ने इनफॉर्म किया कि इतने लखोवाल पिंड 2 बंदे जिहड़े जो जहरीली शराब पीने मौत हो गई है, जो मेरे SHO साहब पहुंचे हैं, मैं भी मौके से आए हैं, सारी गल तस्दीक की है। जो तेजा सिंह उसकी उम्र 40 साल है, तो एक सुलखण मसीह 52 साल की उम्र है उसकी, जो इन दोवों की मौत हुई है, पर अलग अलग सिमटम ने। हाँ ये ठीक है, कल सरपंच पिंड के बने नवे, उन्होंने अपने घर चाह पार्टी, उस तो बाद इन्होंने ड्रिंक ड्रुंक भी सारे की बह के उ, पर सारा पिंड ही हाजिर से उत्थे। ईवन कि जिहड़ा ये सुलखण मसीह है, यहाँ भरा भी नाल सीगा, इस तरह दूजा मरिया, वो रिश्तेदार भी सारे उत्थे इकट्ठे होए, राजी बाजी घर आए हैं। जो ये अलग अलग इन दोवे घर जाके असी पता कराया,
जो ये जिहड़ा सुलखण है मसीह इहनू अगे भी दो वारी अटैक होया सीगा, बच्चे बुच्चे दे बाहर गए सैट है, पर चलो साहबन मौत उहदी हो गई अटैक करके सवेरे 4 बजे। तो इस तरह दूसरा जिहड़ा है उहनू भी अपनी प्रॉब्लम आई है, पहला भी बीमार वगैरह रहिंदा सीगा, घरदिआं नूं भी कोई किसी ते कोई शक शुबा नहीं, तो इतों भी तस्दीक पिंड चों भी किया, सारे पिंड वाले इकट्ठे है, कोई उहो जी गल जिहड़ी आ सामने नहीं आई, अटैक करके हुंदी है। बाकी असीं पोस्टमार्टम वेखदे हां, असीं सलाह करदे हां फाइनल डिसीजन करके ਵੇਖਦੇ ਕੀ ਕਰਦੇ, ਪਰ ਉਹ ਜੀ ਕੋਈ ਸ਼ਰਾਬ ਵਾਲੀ ਤਾਂ ਗੱਲ ਹੀ ਹੈ ਨਹੀਂ, ਕੋਈ ਸ਼ਰਾਬ ਤਾਂ ਸਾਰਿਆਂ ਇਕੱਠਿਆਂ ਉੱਥੇ ਬਹਿ ਕੇ ਇੱਕ ਪਾਰਟੀ ਕੀਤੀ ਗਈ, ਜਿਹੜੀ ਸ਼ਰਾਬ ਦਾ ਮਤਲਬ ਹੁੰਦਾ ਕੋਈ ਇੱਕ ਕੋਈ ਬੋਤਲ ਕਿਤੇ ਜ਼ਹਿਰੀਲੀ ਹੋਵੇ ਉਹਨੂੰ ਕੋਈ ਇਕੱਠੇ ਵੱਖਰੇ ਬਹਿ ਕੇ ਬੰਦੇ ਕੋਈ ਪੀ ਲੈਣ ਤੇ ਉਹਨਾਂ 'ਤੇ ਅਸਰ ਆਵੇ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਵਿਖੇ ਅਕਾਲੀ ਦਲ ਦੇ 3 ਨਗਰ ਕੌਂਸਲਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਗਿਆ। ਮਨਪ੍ਰੀਤ ਸਿੰਘ ਬਾਦਲ ਵੱਲੋਂ ਹਰਮਿੰਦਰ ਸਿੰਘ, ਬਲਜੀਤ ਸਿੰਘ ਤੇ ਰਜਿੰਦਰ ਸਿੱਧੂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਥਰਮਲ ਜਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਮਨਪ੍ਰੀਤ ਸਿੰਘ ਬਾਦਲ ਦਾ ਵਿਰੋਧ ਕੀਤਾ ਗਿਆ। ਇਸ ਸਮੇਂ ਪੁਲਿਸ ਨੇ 15 ਦੇ ਕਰੀਬ ਨੁਮਾਇੰਦਿਆਂ ਨੂੰ ਗ੍ਰਿਫਤਾਰ ਵੀ ਕੀਤਾ। ਸਭ ਨਿਹਾਇਤ ਖੁਸ਼ੀ ਦਾ ਅਤੇ ਮੁਸਰਤ ਦਾ ਮੌਕਾ ਹੈ ਕਿ ਸਾਡੇ ਜਿਹੜੇ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ 3 ਸਿਟਿੰਗ MC ਅਤੇ ਇੱਕ ਉਹਨਾਂ ਦੇ ਅਟੈਲ ਸਿੰਘ ਬੁੱਟਰ ਸਾਹਿਬ, ਮਾਸਟਰ ਹਰਮਿੰਦਰ ਸਿੰਘ ਜੀ, ਰਾਜੂ ਸਰਾਂ ਜੀ ਅਤੇ ਰਜਿੰਦਰ ਸਿੰਘ ਸਿੱਧੂ ਸਾਹਿਬ, ਇਹ ਅਕਾਲੀ ਦਲ ਦੀਆਂ ਨੀਤੀਆਂ ਤੋਂ ਬਦਜ਼ਨ ਹੋ ਕੇ ਇਹਨਾਂ ਨੇ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਕੀਤੀ ਹੈ। ਔਰ ਕਿਉਂਕਿ ਮੈਂ ਇਸ ਇਲਾਕੇ ਦੀ ਨੁਮਾਇੰਦਗੀ ਕਰਦਾ, ਮੇਰਾ ਇਹ ਖੁਸ਼ਨੁਮਾ ਫਰਜ਼ ਸੀ ਕਿ ਇਹਨਾਂ ਨੂੰ ਮੈਂ ਪਾਰਟੀ 'ਚ ਆਉਣ 'ਤੇ ਇਹਨਾਂ ਨੂੰ ਮੈਂ ਖੁਸ਼ਾਮਦੀਦ ਕਹਾਂ, ਇਹਨਾਂ ਨੂੰ ਜੀ ਆਇਆਂ ਕਹਾਂ, ਇਹਨਾਂ ਦਾ ਸਤਿਕਾਰ ਕਰਾਂ। ਕੌਮੀ ਜਾਂਚ ਏਜੰਸੀ ਵੱਲੋਂ ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਈਂ ਛਾਪੇਮਾਰੀ ਕੀਤੀ ਗਈ। ਖਤਰਨਾਕ ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟਸ ਨਾਲ ਸਬੰਧ ਹੋਣ ਦੇ ਸ਼ੱਕ ਵਿੱਚ ਪੱਛਮੀ ਉੱਤਰ ਪ੍ਰਦੇਸ਼ ਤੇ ਪੰਜਾਬ ਵਿੱਚ 7 ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਸੂਤਰਾਂ ਅਨੁਸਾਰ NIA ਦੀ ਵਿਸ਼ੇਸ਼ ਟੀਮ ਨੇ ਲੁਧਿਆਣਾ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਏ ਤੇ ਉਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮੌਲਾਨਾ ਵੇਦ ਸਾਹਿਬ ਕੋ ਸਿਰਫ ਇਨਵੈਸਟੀਗੇਸ਼ਨ ਕੇ ਲਈ ਲੈ ਕੇ ਗਏ ਹੈ। ਇਹ 2:30 ਵਜੇ NIA ਕੀ ਟੀਮ ਆਈ ਥੀ, ਜੋ ਸਵੇਰੇ 6 ਵਜੇ ਉਨਕੋ ਸਾਥ ਮੇਂ ਲੈ ਕੇ ਗਈ ਹੈ ਔਰ ਉਹਨੇ ਹਮੇਂ ਇਹ ਬਾਤ ਕਾ ਆਸ਼ਵਾਸਨ ਦਿਆ ਤਾ ਅਗਰ ਇਹ ਸਹੀ ਹੈ ਤੋ ਹਮ ਇਨਕੋ 12:00 ਵਜੇ ਤੱਕ ਆਪਕੋ ਫੋਨ ਕਰ ਦੇਂਗੇ ਔਰ 6:01 ਮੇਂ ਹੈ ਔਰ ਇਨਕੋ ਲੈ ਜਾਣਾ। ਸਿਰਫ ਇੱਕ ਮੌਲਾਨਾ ਉਵੇਸ ਕੋ ਲੈ ਕੇ ਗਏ ਹੈ। ਦੇਖੀਏ ਹਮਾਰੇ ਜੋ ਦੇਖਨੇ ਮੇਂ ਹੈ ਤੋ ਹਮੇਂ ਤੋ ਐਸੇ ਇਨਸਾਨ ਲਗੇ ਨਹੀਂ ਹੈ ਕਿ ਵੋ ਜੋ ਕਿਸੀ ਕ੍ਰਾਈਮ ਮੇਂ ਵਿਲੋਂ ਹੋ। ਕ੍ਰਿਮੀਨਲ ਤੋ ਸ਼ਕਲ ਸੇ ਵੀ ਨਹੀਂ ਲਗਤੇ, ਵੈਸੇ ਵੀ ਨਹੀਂ ਲਗਤੇ, ਕਿਉਂਕਿ ਉਮਰ ਵੀ ਅਭੀ 20 ਸਾਲ ਹੈ ਉਨਕੀ। ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਨਵਾਂ ਸ਼ਹਿਰ ਤੋਂ ਅੰਮ੍ਰਿਤਸਰ ਲਈ ਸਿੱਧੀ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਿਦ, ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਤੇ ਅਕਾਲੀ ਭਾਜਪਾ ਦੀ ਲੀਡਰਸ਼ਿਪ ਮੌਜੂਦ ਰਹੀ। ਦੁਆਬਾ ਖੇਤਰ ਦੀ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਜੋ ਅੱਜ ਪੂਰੀ ਹੋਈ ਹੈ। ਨਵਾਂ ਸ਼ਹਿਰ ਤੋਂ ਸਿੱਧੀ ਅੰਮ੍ਰਿਤਸਰ ਨੂੰ ਰੇਲ ਗੱਡੀ ਚੱਲਣ ਨਾਲ ਇਲਾਕੇ ਦੀਆਂ ਸੰਗਤਾਂ ਨੂੰ ਤਾਂ ਫਾਇਦਾ ਮਿਲੇਗਾ ਹੀ, ਉੱਥੇ ਹੀ ਵਪਾਰਕ ਅਦਾਰਿਆਂ ਨੂੰ ਵੀ ਵੱਡੀ ਰਾਹਤ ਮਿਲੇਗੀ। ਇਸ ਸਮੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਨਵਾਂ ਸ਼ਹਿਰ ਵਾਸੀਆਂ ਦੀ ਇੱਕ ਮੰਗ ਪੂਰੀ ਕਰ ਦਿੱਤੀ ਗਈ ਹੈ ਤੇ ਦੂਜੀ ਖੰਨਾ ਤੱਕ ਰੇਲ ਗੱਡੀ ਚਲਾਉਣ ਦੀ ਮੰਗ ਵੀ ਪੂਰੀ ਕਰ ਦਿੱਤੀ ਜਾਵੇਗੀ। ਦੇਖੋ, ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਦਹਾਕਿਆਂ ਤੋਂ ਇਸ ਖੇਤਰ ਦੀ ਮੰਗ ਜਿਹੜੀ ਆ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਰੇਲ ਨਾਲ ਜੋੜਨ ਦੀ, ਉਹ ਅੱਜ ਪੂਰੀ ਹੋਈ ਆ। ਜਿਹੜੀ ਰੇਲ ਹੁਣ ਅਸੀਂ ਇੱਥੋਂ ਤੋਰੀ ਆ ਸਾਹਿਬ ਆਪਣਾ ਨਵਾਂ ਸ਼ਹਿਰ ਤੋਂ, ਉਹ ਹੁਣ ਜਲੰਧਰ ਤੱਕ ਨਹੀਂ ਰੁਕੇਗੀ, ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਜਾਇਆ ਕਰੇਗੀ। ਇਹਦੇ ਨਾਲ ਇਸ ਖਿੱਤੇ ਦੇ ਜਿਹੜੇ ਲੋਕ ਧਾਰਮਿਕ ਆਸਥਾ ਰੱਖਣ ਵਾਲੇ ਨੇ, ਦਰਬਾਰ ਸਾਹਿਬ ਦੇ ਦਰਸ਼ਨ, ਦੁਰਗਿਆਣਾ ਮੰਦਰ ਦੇ ਦਰਸ਼ਨ, ਭਗਵਾਨ ਵਾਲਮੀਕਿ ਜੀ ਦੇ ਸਥਾਨ ਦੇ ਦਰਸ਼ਨ, ਅਤੇ ਉੱਥੇ ਨਾਲ ਨਾਲ ਵਪਾਰੀ ਲੋਕ, ਕਾਰੋਬਾਰੀ ਲੋਕ ਜਿਹੜੇ ਨੇ, ਉਹ ਵੀ ਮੈਂ ਸਮਝਦਾ ਵਪਾਰ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਫਾਇਦਾ ਲੈ ਸਕਣਗੇ। ਔਰ ਖਾਸ ਤੌਰ 'ਤੇ ਮੁਲਾਜ਼ਮ ਲੋਕ ਜਿਹੜੇ ਨੇ, ਉਹ ਵੀ ਬਹੁਤ ਵੱਡਾ ਫਾਇਦਾ ਹੋਏਗਾ, ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਵਪਾਰ ਦਾ ਕੇਂਦਰ ਵੀ ਆ, ਧਾਰਮਿਕ ਸਥਾਨ ਵੀ ਉੱਥੇ ਮਹੱਤਵਪੂਰਨ ਨੇ। ਔਰ ਮੈਂ ਸਮਝਦਾ ਕਿ ਇੱਕ ਬਹੁਤ ਲੰਮੇ ਸਮੇਂ ਦੀ ਮੰਗ ਸੀ ਲੋਕਾਂ ਦੀ, ਇਸ ਇਲਾਕੇ ਦੇ ਲੋਕਾਂ ਦੀ, ਜਿਹੜੇ ਵੀ ਮੇਰੇ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਇੱਥੋਂ ਬਣ ਕੇ ਗਏ, ਹਰ ਇੱਕ ਨੇ ਵਾਅਦਾ ਕੀਤਾ, ਪਰ ਗੁਰੂ ਨੇ ਕਿਰਪਾ ਕੀਤੀ, ਇਹ ਵਾਅਦਾ ਲੋਕਾਂ ਨਾਲ ਕੀਤਾ, ਮੇਰੇ ਤੋਂ ਪੂਰਾ ਹੋਇਆ, ਅਤੇ ਮੈਨੂੰ ਇਸ ਗੱਲ ਦੀ ਉਹ ਬਹੁਤ ਖੁਸ਼ੀ ਹੈ। BCCI ਨੇ ਇੰਗਲੈਂਡ ਖਿਲਾਫ਼ ਮਹਿਲਾ ਕ੍ਰਿਕਟ ਦੀ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਵਿਚਕਾਰ 3 ਇੱਕ ਦਿਨਾਂ ਅਤੇ 3 T20 ਮੈਚ ਹੋਣਗੇ। ਇੱਕ ਦਿਨਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਜਾਣਗੇ, ਜਦਕਿ T20 ਮੈਚ ਗੁਹਾਟੀ ਵਿਖੇ ਖੇਡੇ ਜਾਣਗੇ। ਇਸ ਦੇ ਨਾਲ ਹੀ ਅਜੀਤ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਛ ਹੋਰ ਨਵੀਆਂ ਖ਼ਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ, ਤਦ ਤੱਕ ਲਈ ਆਗਿਆ ਦਿਓ।
ਸਤਿ ਸ਼੍ਰੀ ਅਕਾਲ।